ਮਾਨੀ ਅਸੀਮ ਅਸਲਾਮ ਵਾਲੇਕੁਮ ਅੱਜ ਅਸੀਂ ਪਾਣੀ ਲਾਉਣ ਆਇਆ ਛੋਤਾ ਲਿਆ ਅਤੇ ਜੋਧਰਾ ਗੋਭੀ ਸਰ ਗੱਡੀ ਗਈ ਅਤੇ ਸਰਦੀਆਂ ਪੈ ਗਈਆਂ ਅਤੇ ਇਸ ਨਹੀਂ ਗਰੋਥ ਜਲਦੀ ਨਹੀਂ ਪਿਆਉਣੀ ਅਤੇ ਅਸੀਂ ਸਾਂ ਜਿਹੜਾ ਨਾ ਖਾਦ ਪਾਉਣ ਲੱਗੇ ਹਾਂ ਜਿਹੜੀ ਕਿ ਇਸਨੇ ਨਮਕਿਆ ਅਤੇ ਸਾਂ ਚਾਹੀਦੇ ਨੇ ਅੱਲਾ ਨਕਲੇ ਨੇ ਸਾਂ ਮਿਲ ਰਿਹਾ ਸਾਂ ਅਤੇ ਖਾਦ ਪਾਉਣੇ ਅਤੇ ਖਾਦ ਪਾਉਣੇ ਨਾਲ ਸੋਨਾ ਯੂਰੀ ਪਾਉਣੇ ਨੇ ਉਹਨਾਂ ਕਿ ਫਸਲ ਜਲਦੀ ਤਿਆਰ ਹੋਵੇ ਨਹੀਂ ਜੇ ਤਿੰਨੇ ਵਿਚਾਰਾ ਜਾਤਾ ਵਾ ਅਤੇ ਹੁਣ ਅਸੀਂ ਤੁਸਾਂ ਦੱਸਿਆ ਨਾ ਕਿ ਖਾਦ ਦੇ ਸਾਂ ਕਿਸ ਤਰ੍ਹਾਂ ਪਾਣੀ ਚ ਇੰਨੀ ਕੁਤਰਾ ਪਾਣੀ ਲਾਉਣੇ ਤੋਂ ਤੁਸੀਂ ਤਕਰੀਬਨ ਇੱਕ ਦਿਨ ਪਹਿਲੇ ਖਾਦ ਪਾ ਦਿਓ ਅਤੇ ਅੱਛੀ ਤਰ੍ਹਾਂ ਇਸ ਨਾਲ ਛੱਟਾਂ ਮਾਰੋ ਤਾਂ ਗੱਲ ਕਿ ਪੂਰੀ ਜ਼ਮੀਨ 'ਚ ਖਾਦ ਮਿਕਸ ਹੋ ਪੈਂਦੇ ਇਹ ਹੁਣ ਮੈਂ ਜਿਸ ਤਰ੍ਹਾਂ ਸਾਰੀ ਖਾਦ ਅੱਗੇ ਅੱਗੇ ਦੌੜੇ ਨਾ ਵੈਸਾ ਅਤੇ ਮੈਂ ਕੈਮਰਾਮੈਨ ਬਾਈ ਜਿਹੜਾ ਇਹ ਤੁਸਾਂ ਵੇਖਿਆ ਨਾ ਵੈਸੀ ਨਾਲ ਨਾਲ ਬਿਲਕੁਲ ਇੰਜਮੈਂਟ ਬਰਾਬਰ ਨਾ ਨਾ ਕਰੂੰ ਇਹ ਵੇਖੋ ਜੀ ਇਸ ਤਰ੍ਹਾਂ ਛੱਟਾ ਮਾਰਨਾ ਚਾਹੀਦਾ ਖਾਦ ਨੇ ਖਾਦ ਜਿਹੜਾ ਫਸਲ ਸਹੀ ਮਿਕਸ ਹੋਣੀ ਹਰ ਜਗ੍ਹਾ 'ਤੇ ਬਰਾਬਰ